ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਭਗਵੰਤ ਮਾਨ, ਮੈਂ ਸਮਝਦਾ ਕਿ ਦੇਸ਼ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋਲ ਅੱਜ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ। ਬੜੇ ਅਫਸੋਸ ਦੀ ਗੱਲ ਹੈ ਕਿ 8-10 ਦਿਨ ਲੱਗ ਗਏ ਉਹਨੂੰ FIR ਦਰਜ ਕਰਨ, ਔਰ ਜਿਹੜੀ FIR ਦਰਜ ਹੋਈ ਹੈ ਉਹ ਇਹੋ ਜਿਹੀ ਨਿਕੰਮੀ FIR ਦਰਜ ਹੋਈ ਹੈ, ਐਡੀ ਕਮਜ਼ੋਰ FIR ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗਤ ਕਿਵੇਂ ਹਰਿਆਣੇ ਦੇ ਨਾਲ ਸਾਂਝਗਾਠ ਜਿਹਨੂੰ ਮੈਂ ਟਾਊਟੀ ਪਹਿਲੇ ਦਿਨ ਤੋਂ ਕਹਿੰਦਾ ਸੀ, ਟਾਊਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ FIR ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ। ਇਹਦਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ, ਹੌਲੀ ਹੌਲੀ ਸਮਝਣਗੇ ਕਿ ਜਦੇ ਕੋਰਟ ਚ ਮਾਮਲਾ ਜਾਣਾ, ਇਟ ਵਿਲ ਫਾਲ ਫਲੈਟ ਔਨ ਦਾ ਗਰਾਊਂਡ। ਇਸ FIR ਦਾ ਕੁਛ ਬਣਨਾ ਨਹੀਂ, ਸ਼ੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਹਨੇ ਮਾਰੀ, ਕਿ ਇਹ ਲੋਕਤੰਤਰ। ਔਰ ਉਹੀ ਪਲਟੂ ਰਾਮ ਭਗਵੰਤ ਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਦੇ ਵੀ ਅਣਪਛਾਤੇ ਹੁੰਦੇ, ਉਹ ਭਾਈ ਤੂੰ ਤਾਂ ਪੁਲਿਸ ਦੇ ਅਣਪਛਾਤੇ ਛੱਡ, ਤੂੰ ਤਾਂ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ। ਜਿਹੜਾ ਅਣਪਛਾਤੇ ਦੁਆਰੇ ਸਵਾਲ ਉਠਾਉਂਦਾ ਸੀ, 5 ਤੋਂ ਵੱਧ ਕਿਸਾਨ ਮਰ ਗਿਆ, 250 ਜ਼ਖਮੀ ਹੋ ਗਿਆ, ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ, 20 ਸੀਰੀਅਸ ਨੇ, ਪ੍ਰਿਤਪਾਲ ਹਲੇ ਤੱਕ PGI ਪਿਆ ਹੈ, ਕੋਈ FIR ਦਰਜ, ਉਹਦੀਆਂ ਲੱਤਾਂ ਕਿਹਨੇ ਤੋੜਤੀਆਂ, ਆਪੇ ਟੁੱਟ ਗਈਆਂ। ਇਸ ਲਈ ਅੱਜ ਟਾਊਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਹਾਨਲਾਇਕ FIR ਦਰਜ ਹੋਈ ਹੈ, ਜਿਹਦਾ ਰਿਜ਼ਲਟ 0 ਹੋਣਾ। ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭ ਕਰਨ ਨੂੰ ਕਿਹਨੇ ਮਾਰੀ। ਕੱਲ੍ਹ ਪਰ ਇਹ ਵੀ ਹੋ ਸਕਦਾ ਅਣਪਛਾਤੇ ਦਾ ਮਤਲਬ ਤਾਂ ਕੱਲ੍ਹ ਥੋੜਾ ਸਮਾਂ ਪੈਣ ਤੋਂ ਬਾਅਦ ਇਹ ਕਹਿ ਦੇਣਗੇ ਸ਼ਾਇਦ ਕਿਸਾਨਾਂ ਨਹੀਂ ਮਾਰੀ, ਕਿਉਂਕਿ ਅਣਪਛਾਤੇ ਚ ਤਾਂ ਕੋਈ ਆਜੂਗਾ ਭਾਈ, ਉੱਥੇ ਜਾਂ ਪੁਲਿਸ ਸੀ ਜਾਂ ਕਿਸਾਨ ਸਨ। ਤੇ ਜਿਹੜੀ ਅੱਜ ਪੁਲਿਸ ਦੀ ਇੰਨੀ ਮਦਦ ਹੋ ਰਹੀ ਹੈ ਕਿ 8-9 ਦਿਨ ਲੱਗ ਗਏ ਪਰਚਾ ਦਰਜ ਕਰਨ ਨੂੰ, ਫਿਰ ਸਮਾਂ ਬੀਤਣ ਤੋਂ ਬਾਅਦ ਤਾਂ ਇਹ ਸੂਈ ਕਿਸਾਨਾਂ ਵੱਲ ਵੀ ਘੁੰਮ ਸਕਦੀ ਹੈ। ਇਸ ਲਈ ਪਲਟੂ ਰਾਮ ਜੀ, ਤੁਸੀਂ ਕਿਹਾ ਕਰਦੇ ਸੋ ਕਿ ਕਦੇ ਅਣਪਛਾਤਿਆਂ ਤੇ ਵੀ ਪਰਚਾ ਦਰਜ ਹੁੰਦਾ, ਕਿ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ਼ ਮਿਨਿਸਟਰ ਦੇ ਬਗੈਰ ਹੁਕਮਾਂ ਦੇ ਚੱਲ ਸਕਦੀ, ਤੇ ਹੁਣ ਕੀ ਹੋਇਆ ਦਿੰਦੇ ਪਰਚਾ, ਹੁਣ ਕਿਉਂ ਲੱਤਾਂ ਕੰਬ ਉੱਠੀਆਂ, ਕੰਬ ਨਹੀਂ ਉੱਠੀਆਂ, ਇਹਨੂੰ ਸਾਂਝਗਾਠ ਕਹੀ। ਔਰ ਮੈਂ ਰਾਜਾ ਵੜਿੰਗ ਸਾਹਿਬ ਨੂੰ, ਜਿਹੜਾ ਇਹਨਾਂ ਦੇ ਬੜੇ ਚਹੇਤੇ ਨੇ, ਜਿਨ੍ਹਾਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਇੰਡੀਅਨ ਅਲਾਇੰਸ ਜੁਗ ਜੁਗ ਜੀਵੇ, ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ ਚ ਹੁਣ ਫਰੈਂਡਲੀ ਮੈਚ ਚੱਲੂਗਾ, ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਣਾ, ਕਿਉਂਕਿ ਇਹ ਸਾਰਾ ਡਰਾਮਾ ਕਰਨਗੇ ਮਗਰ ਇਹੋ ਜਿਹਾ ਕੋਈ ਸਵਾਲ ਨਹੀਂ ਕਰਨਗੇ ਜਿਹਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ। ਕਿਉਂਕਿ ਵਿਧਾਨ ਸਭਾ ਚ ਵੀ ਅਸੀਂ ਸੁਣਿਆ ਇੰਨੀ ਰਿਸਪੈਕਟਫੁਲੀ ਤਾਂ ਭਗਵੰਤ ਮਾਨ ਆਪਦੇ ਪ੍ਰਧਾਨ ਨੂੰ, ਬੁੱਧ ਰਾਮ ਜੀ ਨੂੰ ਨਹੀਂ ਸੰਬੋਧਨ ਹੁੰਦਾ, ਜਿੰਨੇ ਪਿਆਰ ਨਾਲ ਰਾਜਾ ਜੀ ਕਹਿ ਕੇ ਵਿਧਾਨ ਸਭਾ ਚ ਵੜਿੰਗ ਸਾਹਿਬ ਨੂੰ ਸੰਬੋਧਨ ਹੁੰਦਾ। ਔਰ ਸਭ ਨੂੰ ਪਤਾ ਰਾਤ ਦੇ ਹਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ, ਤੁਹਾਡੇ ਆਪਣੇ ਸਾਬਕਾ ਮੰਤਰੀ ਸਾਬਕਾ PPCC ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ। ਇਸ ਲਈ ਉਹ ਸਾਂਝਗਾਠ ਕਿਹੜੀ ਹੈ ਵੀ ਜੱਗ ਜ਼ਾਹਿਰ, ਮੈਂ ਉਹਦੇ ਬਾਰੇ ਰਿਪੀਟ ਨਹੀਂ ਕਰਨਾ ਚਾਹੁੰਦਾ, ਮਗਰ ਮੈਂ ਅੱਜ ਇਹ ਗੱਲ ਲੋਕਾਂ ਅੱਗੇ ਜ਼ਰੂਰ ਰੱਖਣਾ ਚਾਹੁੰਦਾ
ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ, ਇਹਦੇ ਤੇ ਕੋਈ ਇਨਸਾਫ਼ ਨਹੀਂ ਮਿਲਣਾ। ਇਹ ਸਿਰਫ ਧੋਖਾ, ਇਹ ਟਾਊਟੀ ਆ ਭਗਵੰਤ ਮਾਨ ਦੀ, ਔਰ ਉਹਦਾ ਇੱਕ ਨਵਾਂ, ਇਹ ਪਲਟੂ ਰਾਮ ਦਾ ਇੱਕ ਨਵਾਂ ਪੈਂਤੜਾ ਜਿਹਦਾ ਰਿਜ਼ਲਟ ਇਨਸਾਫ਼ ਨਹੀਂ, ਰਿਜ਼ਲਟ ਜ਼ੀਰੋ ਹੋਣਾ, ਔਰ ਸਿਰਫ ਕਿਸਾਨੀ ਨਾਲ, ਪੰਜਾਬ ਦੇ ਲੋਕਾਂ ਨਾਲ ਇੱਕ ਧੋਖਾ, ਔਰ ਹਰਿਆਣੇ ਦੀ ਸਰਕਾਰ ਨਾਲ, ਖੱਟਰ ਸਰਕਾਰ ਨਾਲ ਇਹ ਮਿਲੀ ਭੁਗਤ ਹੈ। ਇਹਦਾ ਮੈਂ ਸਮਝਦਾ ਕੋਈ ਹੋਰ ਇਹ ਤੋਂ ਵੱਧ ਪ੍ਰਮਾਣ ਦੀ ਲੋੜ ਨਹੀਂ। ਇਸ ਲਈ ਜਾਗ ਜਾਓ ਔਰ ਬਚ ਜਾਓ। ਬਹੁਤ ਬਹੁਤ ਧੰਨਵਾਦ।